ਕਹਣਾ ਚਾਹੋਂਗੇ ਵੀ ਉਹਨੇ ਬੱਚੇ ਪਿੱਛੇ ਆਪਣੀ ਜਾਨ ਦੇਤੀ ਆ ਚੌਂਕ 'ਚ ਗਏ ਸਾਰੇ ਬਹਿ ਗਏ ਇੱਕ ਤੇ ਗੱਡੀ ਦੇ ਅੱਗੇ ਖੜਾ ਸੀਗਾ ਜੀਪ ਆਈ ਐ ਉਹਨਾਂ ਨੇ ਪੁੱਛਿਆ ਵੀ ਸੇਠੀ ਕੌਣ ਐ ਉਹ ਕਹਿੰਦਾ ਜੀ ਮੈਂ ਆ ਉਹਨਾਂ ਦੇ ਉੱਤੇ ਲੋਈਆਂ ਲੈ ਰੱਖੀਆਂ ਸੀਗੀਆਂ ਉਹਨੇ ਗਨ ਕੱਢੀ ਤੇ ਐ ਲਾਈ ਨਾਲ ਤੇ ਠੋਕਦੀ ਬਲਵੰਤ ਸਿੰਘ ਜੀ ਮੇਰਾ ਨਾਮ ਤੋਂ ਜੀ ਅੰਜਗਦੀਪ ਸਿੰਘ ਚੌਕ ਦੀ ਬਾਤ ਕਰੇ ਕੀ ਕੀ ਇਤਿਹਾਸ ਹੈ ਕੀ ਪੂਰਾ ਮਾਮਲਾ ਹੈ ਐਸੇ ਹੈ ਜੀ ہماری ગાਡੀ ਸ਼ਨੀਵਾਰ ਕੋ ਡੇਰੇ ਜਾਂਦੀ ਸੀ ਔਰ ਜੋ ਭਾਈ ہمارا ਗੁজার ਗਿਆ ਉਹ 2 ਮਹੀਨੇ ਹੋ ਗਏ تھے ਉਹ ਗਿਆ ਹੀ ਨਹੀਂ ਤਾਂ ਤੇ ਉਸਕੇ ਯਾਰ ਦੋਸਤ ਕਹਿੰਦੇ ਯਾਰ ਤੂੰ ਕਾਮ ਲਗਿਆ ਡੇਰੇ ਜਾਂਦਾ ਨਹੀਂ ਤੂੰ ਸਾਡੇ ਬਾਪੂ ਨੇ ਮੈਨੂੰ ਧੱਕੇ ਨਾਲ ਤੋਰਤਾ ਜਾ ਤੇਰੇ ਯਾਰ ਦੋਸਤ ਜਿਹੜੇ ਹੈਗੇ ਆ ਉਹ ਮਿਲਣਾ ਚਾਹੁੰਦੇ ਤੈਨੂੰ ਫਟਾਫਟ ਤਿਆਰ ਹੋ ਕੇ ਰੋਟੀ ਵੀ ਉਹਨੇ ਖੜੇ ਨਹੀਂ ਖਾਧੀ ਐ ਖਾ ਕੇ ਰੋਟੀ ਤੇ ਉਵੇਂ ਹੀ ਭੱਜ ਗਿਆ ਫੇ ਚੌਂਕ 'ਚ ਗਏ ਸਾਰੇ ਬਹਿ ਗਏ ਇੱਕ ਤੇ ਗੱਡੀ ਦੇ ਅੱਗੇ ਖੜਾ ਸੀਗਾ ਜੀ ਪਾਈ ਐ ਉਹਨਾਂ ਨੇ ਪੁੱਛਿਆ ਵੀ ਸੇਠੀ ਕੌਣ ਐ ਉਹ ਕਹਿੰਦਾ ਜੀ ਮੈਂ ਆ ਉਹਨਾਂ ਦੇ ਉੱਤੇ ਲੋਈਆਂ ਲੈ ਰੱਖੀਆਂ ਸੀਗੀਆਂ ਉਹਨੇ ਗਨ ਕੱਢੀ ਤੇ ਐ ਲਾਈ ਨਾਲ ਤੇ ਠੋਕਦੀ ਉਹਨੇ ਜਿਹਨਾਨੀ ਨੂੰ ਕਿਹਾ ਤੂੰ ਭੱਜ ਜਾ ਮੈਂ ਤਾਂ ਕਿਹਾ ਮੁੰਡਾ ਲੈ ਜਾ ਤੂੰ ਉਹ ਭੱਜ ਗਈ ਉਸ ਤੋਂ ਬਾਅਦ ਸੇਠੀ ਮਰ ਗਿਆ ਪ੍ਰਧਾਨ ਸਾਡਾ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗੱਡੀ 'ਚ ਚਲੌਣੀਆਂ ਚਾਲੂ ਕਰਤੀਆਂ ਗੱਡੀ 'ਚ ਮਰ ਗਏ ਬੰਦੇ ਫਿਰ ਬੱbbi ਸਾਡਾ ਜਿਹੜਾ ਉਹਨੂੰ ਬੱbbi ਕਹਿੰਦੇ ਸੀ ਵੈਸੇ ਜਗਦੇਵ ਨਾ ਆਉਂਦਾ ਉਹ ਬੱbbi ਕਹਿੰਦੇ ਸੀਗੇ ਉਹ ਗੱਡੀ ਦੇ ਅੱਗੋਂ ਭੱਜ ਕੇ ਆ ਕੇ ਉਹਨੇ ਐ ਗਨ ਫੜ ਲਈ ਉਹ ਸਾਰੀਆਂ ਗੋਲੀਆਂ ਤਾਂ ਨਿਕਲ ਗਈਆਂ ਫਿਰ ਦੂਜੀ ਗਨ ਆਈ ਉਹਨਾਂ ਨੇ ਉਹਦੇ ਬਾਹਾਂ 'ਚ ਮਾਰੀ ਕੋਈ ਲਾਤੇ ਮਾਰੀ ਤਿੰਨ ਚਾਰ ਗੋਲੀਆਂ ਲੱਗੀਆਂ ਫਿਰ ਗੋਲੀਆਂ ਉਹ ਇੱਥੇ ਲੱਗ ਗਈਆਂ ਉਹ ਇੱਥੋਂ ਦੀ ਐ ਟੱਪ ਗਈ ਬਸ ਉਦੋਂ ਉਹ ਖਤਮ ਹੋ ਗਿਆ ਹਾਂ ਬੋਲੀ ਕਿਤਨੇ ਦੀ ਬਾਤ ਕਰ ਘਟਨਾ ਕੌਣ ਸੁਣ ਕੀ ਹੈ ਇਹ 91 91 ਹਾਂ 91 ਦੀ 9 9 ਵਜੇ ਉਹਨੇ ਬੱਚਾ ਦੇ ਪਿੱਛੇ ਜਾਣ ਦਿੱਤਾ ਹਾਂ ਤੇ ਨੈਬਰਾ ਘੱਟ ਪਰ ਐਸਾ ਫਿਰ ਚੌਕ ਦੀ ਬਾਤ ਕੀਤੀ ਜੇ ਤਾਂ ਉਸ ਦੇ ਬਾਅਦ ਚੌਕ ਦਾ ਨਿਰਮਾਣ ਕਿਵੇਂ ਹੋਇਆ ਚੌਕ ਦਾ ਤਾਂ ਇਸ ਤਰ੍ਹਾਂ ਹੋਇਆ ਨਾ ਜੀ ਫਿਰ ਸਾਰੇ ਜਿਹੜੇ ਪ੍ਰਧਾਨ ਸੀ ਸਾਡੇ ਉਹ ਕਹਿੰਦੇ ਵੀ ਇਹਦੀ ਮੂਰਤੀ ਲਾਉਣੀ ਹੈ ਜਿੱਥੇ ਐਸ ਟਾਈਮ ਮੂਰਤੀ ਲੱਗੀ ਆ ਉੱਥੇ ਸਿਗਟਾਂ ਵਾਲਾ ਚੌਕ ਸੀਗਾ ਜੀ ਰੋੜਾ ਉਸ ਟਾਈਮ ਸੀਗਾ ਤੇ ਰੋੜਾ ਕਹਿੰਦਾ ਵੀ ਤੁਸੀਂ ਉਹ ਚੌਕ ਵਾਲੇ ਨੂੰ ਪੁੱਛੋ ਜੇ ਉਹ ਮੰਨਦਾ ਤੇ ਚੌਕ 'ਚ ਮੂਰਤੀ ਲਾ ਦਿਓ ਫਿਰ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਤੁਸੀਂ ਲਾ ਲੋ ਅਸੀਂ ਫਿਰ ਜਿਹੜੇ ਲੱਗੀਆਂ ਸੀ ਸਿਕਟਾਂ ਲੱਗੀਆਂ ਸੀਗੀਆਂ ਉਹ ਤੋਂ ਹੀ ਤੋੜਾਈਆਂ ਬਿਮਾਰ ਕਣ ਬਿ ਕੱਲੋਂ ਕੇਸ ਕਰਦੇ ਤੇ ਅਸੀਂ ਅੰਦਰ ਹੋ ਜੀਏ ਉਹਨੇ ਜੀ ਫਿਰ ਦੋ ਸਿਕਟਾਂ ਦੋ ਮਾਰਿਆ ਕੰਨ ਟੁੱਟ ਗਈਆਂ ਉਸ ਤੋਂ ਬਾਅਦ ਅਸੀਂ ਸਾਫ਼ ਕਰਤਾ ਫਿਰ ਉਹ ਉੱਥੇ ਸਿੱਧਾ ਬੋਰਡ ਜਾਈ ਲਾਤਾ ਅਸੀਂ ਬਸ ਇਸ ਤਰ੍ਹਾਂ ਹੋਇਆ ਜੀ ਸਾਰੇ 14 ਬੰਦੇ ਉੱਥੇ ਮਰੇ 9 ਤਾਂ ਗੱਡੀ ਚ ਮਰ ਗਏ ਦੋ ਬਾਰ ਬਾਕੀ ਸਾਰੇ ਗੱਡੀ ਚ ਤੇ ਪੰਜ ਜਿਹੜੇ ਉਹ ਤੁਰੇ ਜਾਂਦੇ ਮਰੇ ਮੇਰਾ ਨਾਮ ਸੁਭਦੇਸ਼ ਸਿੰਘ ਹੈ ਜੀ ਅਸੀਂ ਤਿੰਨ ਭਰਾ ਸੀਗੇ ਦੋ ਭੈਣਾਂ ਸੀ ਜਿਹੜੇ ਜੀ ਤੇ ਇਹ ਡੇਰੇ ਜਾਵਾ ਜਾਂਦਾ ਹੁੰਦਾ ਸੀਗਾ ਦੁਕਾਨ ਤੇ ਅਸੀਂ ਕੰਮ ਕਰਦੇ ਸੀ ਤੇ ਡੇਰੇ ਜਾਂਦਾ ਹੁੰਦਾ ਸੀਗਾ ਇਹ ਅਚਾਨਕ ਬੱਸ ਉਥੇ ਉਰਵਾਦੀ ਆ ਗਏ ਜੀ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ ਉਹਨਾਂ ਨੇ ਆ ਕੇ ਪੁੱਛਿਆ ਵੀ ਸੇਠੀ ਸਾਹਿਬ ਕੌਣ ਹੈ ਉਹਨਾਂ ਨੇ ਦੱਸਿਆ ਵੀ ਸੇਠ ਸਾਹਿਬ ਕਹਿੰਦਾ ਮੈਂ ਹਾਂ ਜੀ ਸੇਠ ਸਾਹਿਬ ਨੇ ਖੁਦ ਹੀ ਕਿਹਾ ਕਿੰਨਾ ਮੈਜ ਇਹਨੇ ਜਿਹਨੇ ਗੋਲੀ ਚਲਾਈ ਤੀ ਉਹ ਤੇ ਫੇਰ ਕੀਤਾ ਤਾਂ ਇਹ ਉੱਪਰ ਗੱਡੀ ਦੇ ਵਿੱਚ ਬੈਠਾ ਸੀਗਾ ਇਹਨੇ ਸਲੰਗ ਮਾਰ ਕੇ ਉਹਨੂੰ ਫੜ ਲਿਆ ਫੜ ਲਿਆ ਤੇ ਇਹਨੇ ਮਤਲਬ ਸਟੇਨ ਨੂੰ ਸਟੇਨ ਉੱਪਰ ਕਰਤੀ ਤੇ ਜਿਹੜਾ ਦੂਸਰਾ ਬੰਦਾ ਆ ਕੇ ਉਹਨੇ ਫਿਰ ਇਹਦੇ ਗੋਲੀ ਮਾਰਤੀ ਜੀ ਕਿੰਨੇ ਲੋਕ ਸਨ ਉਸ ਪੂਰੇ ਗਰੋ ਦੇ ਅੰਦਰ ਜਦ ਇਹ ਵਾਰਦਾਤ ਹੋਈ ਉਹ ਮੇਰੇ ਖਿਆਲ ਤੇਨੇ ਜਾਣੇ ਸੀਗੇ ਸ਼ਾਇਦ ਇੱਕ ਚਾਰ ਜਾਣੇ ਸੀਗੇ ਇੱਕ ਡਰਾਈਵਰ ਸੀਗਾ ਇੱਕ ਜੀਪ ਦੇ ਵਿੱਚ ਬੈਠਾ ਸੀ ਤੇ ਦੋ ਹੀ ਸੀਗੇ ਅਜੇ ਦੇਵ ਸਿੰਘ ਦੀ ਗੱਲ ਕਰੇ ਤਾਂ ਕੀ ਕਰਦਾ ਥਾ ਕਿ ਨੌਕਰੀ ਵਗੈਰਾ ਕਰਦਾ ਥਾ ਨਹੀਂ ਨਹੀਂ ਦੁਕਾਨ ਤੇ ਕੰਮ ਹੀ ਕਰਦਾ ਸੀ ਦੁਕਾਨ ਤੇ ਕੰਮ ਹੀ ਕਰਦਾ ਸੀ ਕਿਸ ਤਰ੍ਹਾਂ ਦੀ ਦੁਕਾਨ ਥੀ ਆ ਟਰੱਕ ਬਾਡੀ ਦੀ ਟਰੱਕ ਬਾਡੀ ਦੀ ਹਾਂਜੀ ਆਟੋ ਮਾਰਕੀਟ ਦੀ ਦੁਕਾਨ ਹੁਣ ਆਪਣੀ ਤੇ ਟਰੱਕ ਬਾਡੀ ਦਾ ਕੰਮ ਕਰਦਾ ਸੀਗਾ ਇਹ ਸ਼ਨੀਵਾਰ ਨੂੰ ਸੇਵਾ ਦੇਤੇ ਗੱਡੀ ਜਾਂਦੀ ਹੁੰਦੀ ਸੀ ਹਾਂ ਹਾਂ ਹਰ ਸ਼ਨੀਵਾਰ ਜਾਂਦਾ ਸੀ ਟਰੱਕ ਤੇ ਸੰਗਤ ਜਾਂਦੀ ਸੀ ਬਸ ਉਹਨਾਂ ਦਾ ਕੋਈ ਪਲਾਨ ਹੀ ਸੀਗਾ ਜੀ ਮੇਰੇ ਨਾਲ ਬਲਜੀਤ ਕੌਰ ਤੁਸੀਂ ਜੀ ਕੀ ਕਹਿਣਾ ਚਾਹੋਗੇ ਚੋਕ ਦੇ ਇਤਿਹਾਸ ਦੀ ਗੱਲ ਕਰਕੇ ਕੀ ਕਹਿਣਾ ਚਾਹੋਗੇ ਬਸ ਇਹ ਹੀ ਕਹਿਣਾ ਚਾਹਾਂਗੇ ਵੀ ਉਹਨੇ ਬੱਚੇ ਪਿੱਛੇ ਆਪਣੀ ਜਾਨ ਦੇਤੀ ਉਹਨੇ ਮਤਲਬ ਜਿਹੜੇ ਟਰੱਕ ਭਰਿਆ ਸੀਗਾ ਬੱਚਿਆਂ ਦਾ ਬੁੜੀਆਂ ਦਾ ਉਹਦੇ ਪਿੱਛੇ ਉਹਨੇ ਉਹ ਤਾਂ ਅੱਗੇ ਖੜਾ ਸੀ ਬਚ ਜਾਣਾ ਸੀ ਉਹਨੇ ਤਾਂ ਉਹਨੇ ਆਪਦੀ ਆਪ ਹੀ ਆ ਕੇ ਬੱਚਿਆਂ ਪਿੱਛੇ ਆਪਣੀ ਜਾਨ ਦੇਤੀ ਅੰਦੀ ਜੀ ਉਮਰ ਕੀ ਬਾਤ ਹੈ ਉਮਰ ਕੀ ਆਥੀ ਜਗਦੇਵ ਸਿੰਘ ਦੀ ਜਬ ਇਹ ਬੁਰਾ ਆਈ ਬਸ ਉਹਨੂੰ ਕੋਈ 24 ਸਾਲ ਦੀ ਸੀ ਉਮਰ ਸੀਗੀ ਉਹਦੀ 24 25 ਸਾਲ ਦੀ 24 25 ਸਾਲ ਦੀ 2 ਸਾਲ ਵਿਆਹ ਨੂੰ ਹੋਏ ਸੀ ਉਹਦੇ ਏ ਬਸ 24-25 ਸਾਲ ਦੀ ਉਮਰ ਸੀ ਉਹਦੀ